ਸਰਪੰਚੀ ਪਿੱਛੇ ਇੱਕ ਨੌਜਵਾਨ ਦੇ ਗੁੱਟ ਵੱਡੇ ਜਾਣ ਦੇ ਮਾਮਲੇ 'ਚ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ। ਦਰਅਸਲ ਜਿਸ ਧਿਰ ਦੇ ਉੱਤੇ ਇਹ ਗੁੱਟ ਵੱਡੇ ਜਾਣ ਦੇ ਇਲਜ਼ਾਮ ਲਗਾਏ ਗਏ ਸੀ, ਹੁਣ ਉਹਨਾਂ ਦਾ ਬਿਆਨ ਸਾਹਮਣੇ ਆਇਆ। ਦਰਅਸਲ ਦੱਸ ਦਈਏ ਕਿ ਗੁਰਦਾਸਪੁਰ ਦੇ ਸੇਖਵਾਂ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਇੱਕ ਸਰਪੰਚ ਬਿਨਾਂ ਮੁਕਾਬਲੇ ਤੋਂ ਜਿੱਤ ਕੇ ਪਿੰਡ ਪਹੁੰਚਦਾ ਹੈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਤਕਰਾਰ ਹੁੰਦੀ ਹੈ ਦੋ ਧਿਰਾਂ ਦੇ ਵਿਚਕਾਰ, ਅਤੇ ਉਸ ਦੇ ਵਿੱਚ ਇੱਕ ਨੌਜਵਾਨ ਦਾ ਗੁੱਟ ਵੱਢਿਆ ਜਾਂਦਾ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਜੋ ਸਰਪੰਚ ਬਣੇ ਹੁੰਦੇ ਨੇ ਉਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ, ਅਤੇ ਹੁਣ ਉਸ ਧਿਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਦੋਂ ਉਹ ਬਿਨਾਂ ਮੁਕਾਬਲੇ ਤੋਂ ਸਰਪੰਚ ਚੁਣੇ ਗਏ ਤਾਂ ਗੁੱਸੇ ਦੇ ਵਿੱਚ ਆਏ ਉਹਨਾਂ ਦੇ ਰਿਸ਼ਤੇਦਾਰੀ 'ਚ ਹੀ ਲੱਗਦੇ ਇੱਕ ਨੌਜਵਾਨ ਦੇ ਵੱਲੋਂ ਕਿਰਪਾਨਾਂ ਲੈ ਕੇ ਉਹਨਾਂ ਦੇ ਘਰ ਦੇ ਉੱਤੇ ਉਲਟਾ ਹਮਲਾ ਕੀਤਾ ਗਿਆ। ਅਤੇ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਉਹ ਘਰ ਦੇ ਵਿੱਚ ਜਿਵੇਂ ਹੀ ਦਾਖਲ ਹੋਇਆ ਤਾਂ ਉਸਨੇ ਆਪਣਾ ਹੱਥ ਖੁਦ ਜ਼ੋਰ ਨਾਲ ਸ਼ੀਸ਼ੇ ਦੇ ਵਿੱਚ ਮਾਰਿਆ, ਜਿਸ ਦੇ ਕਾਰਨ ਉਸਦਾ ਗੁੱਟ ਜੋ ਹੈ ਕਾਫੀ ਜ਼ਿਆਦਾ ਨੁਕਸਾਨਿਆ ਜਾਂਦਾ, ਜ਼ਖਮੀ ਹੋ ਜਾਂਦਾ, ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ। ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਉਹ ਇਹਨਾਂ ਦੇ ਉੱਤੇ ਲਗਾਏ ਗਏ ਸੀ, ਅਤੇ ਇਸੇ ਵਿਚਕਾਰ ਹੁਣ ਇਹਨਾਂ ਦਾ ਇਹ ਬਿਆਨ ਸਾਹਮਣੇ ਆਇਆ। ਹਾਲਾਂਕਿ ਕੀ ਕੁਝ ਇਹਨਾਂ ਦਾ ਕਹਿਣਾ ਆਓ ਪਹਿਲਾਂ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ। ਤਾਂ ਬਟਾਲਾ ਦੇ ਸੇਖਵਾਂ ਪਿੰਡ ਤੋਂ ਇਹ ਮਾਮਲਾ ਸਾਹਮਣੇ ਆਇਆ। ਇਹ ਸਾਰਾ ਅਸੀਂ ਤੇ ਗੁਰਦੁਆਰਾ ਸਾਹਿਬ ਜਾਣ ਦੀ ਤਿਆਰੀ ਕਰਦੇ ਹਾਂ, ਅਤੇ ਇਹ ਬਾਹਰ ਇਹਨਾਂ ਨੇ ਫੁੱਲ ਤਿਆਰੀ ਕੀਤੀ ਸੀ, ਇਹਨਾਂ ਦੇ ਦਾਤਰ ਦੁਤਰ ਵੀ ਬਾਹਰ। ਹਾਂਜੀ, ਸਰਬਜੀਤ ਕੌਰ। ਅਤੇ ਅਸੀਂ ਸਾਰੇ ਨਿਕਲਣ ਲੱਗੇ ਬਾਹਰ, ਇਹਨਾਂ ਨੇ ਭੋਲੇ ਭੋਲੇ ਵੀ ਅਤੇ ਗੜਾਸੀ ਵੀ ਹੈਗੀ ਇਹਨਾਂ ਕੋਲ। ਇਹ ਇਹਨਾਂ ਦੇ ਸਰਦਾਰ ਮਲਕੀਤ ਸਿੰਘ ਦੇ ਘਰ ਵੀ ਆਣ ਕੇ ਪੈ ਗਏ ਆ, ਅਸੀਂ ਤਾਂ ਛਡਾਉਂਦੇ ਰਹੇ, ਅਤੇ ਮੇਰੇ ਵੀ ਆ ਗੜਾਸੀ ਮਾਰਤੀ ਜੀ ਇਹਨਾਂ ਨੇ, ਅਤੇ ਸੱਟਾਂ ਸੁੱਟਾਂ ਵਾਹਵਾ ਲਾ ਗਏ ਆ, ਇੱਕ ਸ਼ੀਸ਼ੇ ਸ਼ੂਸ਼ੇ ਵੀ ਇਹਨਾਂ ਭੰਨੇ ਆ। ਲੜਾਈ ਕਾਹਦੀ ਹੋਈ ਆ ਤੁਹਾਨੂੰ ਦੱਸ ਦਿੰਦਾ ਗੱਲਾਂ। ਮੈਂ ਪਾਣੀ ਜੇ ਖੜਿਆ, ਪਾਣੀ ਜੇ ਕਿਹਾ ਝੋਨੇ ਚੋਂ ਮੈਂ ਤੁਰਿਆ ਆਉਣਿਆ, ਅਤੇ ਕਿਵੇਂ ਕਰ ਪੈ ਗਏ ਆਣ ਕੇ, ਕਰ ਪੈ ਗਏ ਆ ਕੇ ਮੈਂ ਚਲੋ ਚੁੱਪ ਕਰ ਰਿਹਾ ਮੈਂ, ਚਲੋ ਬਾਅਦ ਵੇਖ ਲਈਏ। ਇਹ ਮੁੜ ਕੇ ਮੈਂ ਢਾ ਲਿਆ ਨਾ, ਕਿਹਾ ਬੜਿਆ ਸਾਰੀ ਪਾਸੇ ਆ, ਕੋਈ ਬੜਿਆ ਹੋਰ ਸਾਰੀ ਪਾਸੇ ਆ। ਮੈਂ ਸਾਬਕਾ ਸਰਪੰਚ ਸੇਖਵਾਂ ਬੋਲ ਰਿਹਾ ਜੀ, ਮੇਰੇ ਬੇਟੇ ਵੀ ਤਿੰਨੇ ਜਹੇਦਾਰ ਆ, ਅਮਰ ਸਕੇ ਆ ਜੀ ਆਹ, ਅਤੇ ਸਾਨੂੰ ਘਰ ਆ ਕੇ ਸਾਡੇ ਲਾਗੋ ਲਾਗ ਹੀ ਘਰ ਆ, ਅਤੇ ਸਾਡੇ ਘਰ ਆ ਕੇ ਸਾਨੂੰ ਮਾਰਨ ਪੈ ਗਏ। ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਸੀ ਜੀ, ਅਤੇ ਸਾਨੂੰ ਲਾਗੇ ਸਾਡੇ ਘਰ ਆ, ਸਾਨੂੰ ਕਿਰਪਾਨਾਂ ਅਤੇ ਭੌੜੇ ਲੈ ਗਏ, ਸਾਡੇ ਮਗਰ ਚੜ੍ਹ ਗਏ, ਮੇਰੇ ਬੇਟੇ ਨੂੰ ਦੇਖ ਲਓ ਜਾ ਤੈਨੂੰ ਸਰਪੰਚ ਬਣਾਉਂਦੇ ਹਾਂ। ਉਹ ਵਿਚਾਰਾ, ਉਹ ਇੱਕ ਸਰਦੂਰ ਸਿੰਘ, ਇੱਕ ਰਾਜਵੀਰ ਸਿੰਘ, ਇੱਕ ਚੜ੍ਹਤ ਸਿੰਘ, ਇੱਕ ਗੁਰਮੀਤ ਸਿੰਘ ਅਤੇ ਇੱਕ ਜੋਬਨ ਸਿੰਘ। ਇਹ ਵੇਖੋ ਜੀ, ਇਹਦਾ ਇਹਨੇ ਮਾਰਿਆ ਜਦੋਂ ਸਾਡੇ ਬੰਦੇ, ਇੱਕ ਸਾਡੇ ਪਿੰਡ ਦਾ ਪ੍ਰਧਾਨ ਗੁਰਦੁਆਰਾ ਸਾਹਿਬ ਅੰਮ੍ਰਿਤ ਛਕਿਆ, ਉਹਨੇ ਵੀ ਇਹਨੇ ਜਦੋਂ ਉਹਨੂੰ ਮਾਰ ਲੱਗਿਆ, ਇਹਨੇ ਪਤਾ ਨਹੀਂ ਕੀ ਮਾਰਿਆ, ਅਤੇ ਬਾਂਹ ਜਿਹੜੀ ਆ ਸ਼ੀਸ਼ੇ ਸਾਡੇ ਦੇ ਵਿੱਚ ਲੰਘ ਗਈ, ਤੁਸੀਂ ਜਾ ਕੇ ਵੇਖ ਸਕਦੇ ਹੋ, ਅਤੇ ਉਹ ਸ਼ੀਸ਼ਾ ਦੀ ਬਾਂਹ ਨੂੰ ਫਿਰਿਆ, ਜਿਹੜੀ ਗੱਲ ਇਹ ਬਣਾ ਰਹੇ ਆ ਵੀ ਉਹਨੂੰ ਦਾਤਰ ਮਾਰੇ ਗਏ ਆ, ਉਹਨੂੰ ਜੇ ਮਾਰਿਆ ਗਿਆ, ਅਤੇ ਸਾਡੀਆਂ ਤਾਂ ਪੱਗਾਂ ਰੋੜਦੀਆਂ, ਜਹੇਦਾਰ ਬੰਦੇ ਹਾਂ, ਸਾਡੇ ਵਾਲ ਵੇਖੋ ਜੀ, ਮੇਰੇ ਬੇਟੇ ਦੇ ਦਾੜੀ ਖੋ ਗਏ, ਅਤੇ ਇਹਨਾਂ ਨੇ ਜੇਬ ਚਜੇ ਉਹਦੀ 'ਚ ਵਾਲ ਪਏ ਆ, ਮੇਰੇ ਦੰਦ ਭੰਨਤੇ ਆ, ਵੇਖੋ ਦੰਦ ਉਹ ਮੇਰੇ ਪਏ ਜੇ ਕੱਢਤੇ, ਇਹਨਾਂ ਮਾਰ ਮਾਰ ਕੇ ਸਾਡਾ ਤਾਂ ਬਹੁਤ ਬੁਰਾ ਹਾਲ ਕੀਤਾ। ਅਸਲ 'ਚ ਭਾਅ ਜੀ ਜਿਹੜੀ ਸਟੋਰੀ ਪ੍ਰੋਪਰ ਉਹਨਾਂ ਨੇ ਮੀਡੀਆ ਸਾਹਮਣੇ ਨਹੀਂ ਦੱਸੀ, ਮੈਂ ਵਿਊ ਉਹਨਾਂ ਦੇ ਮੈਂ ਵੀ ਸੁਣੇ ਹਾਂ,
ਪਰ ਜੋ ਅਸਲ ਕਹਾਣੀ ਉਹਨੂੰ ਬਿਲਕੁਲ ਉਹਨਾਂ ਨੇ ਇੱਕ ਸਾਈਡ 'ਤੇ ਰੱਖ ਕੇ ਅਤੇ ਆਪਣੇ ਕੋਲੋਂ ਜਿਹੜੀ ਮਨ ਘੜਤ ਉਹਨਾਂ ਨੇ ਕਹਾਣੀ ਜਿਹੜੀ ਉਹਨਾਂ ਨੇ ਸੁਣਾਈ ਆ। ਹੋਇਆ ਕਿ ਕੱਲ੍ਹ ਅਸੀਂ ਪਰਸੋਂ ਦੂਸਰੀ ਪਾਰਟੀ ਦੇ ਉਹਨਾਂ ਕੋਲ ਨਾ ਡਾਕੂਮੈਂਟ ਪੂਰੇ ਹੋਣਗੇ, ਜੋ ਵੀ ਅਫਸਰਾਂ ਨੇ ਉਹਨਾਂ ਦੀ ਨੌਲੇਜ 'ਚ ਹੋਊਗਾ ਉਹਨਾਂ ਦੇ ਡਾਕੂਮੈਂਟ ਰੱਦ ਹੋ ਗਏ ਅਤੇ ਸਾਡੀ ਜਿਹੜੀ ਪੰਚਾਇਤ ਆ ਉਹ ਬਣ ਗਈ। ਅਤੇ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ, ਕਿਉਂਕਿ ਸ਼ੁਰੂ ਤੋਂ ਵਿੱਚ ਅਸੀਂ ਸਿਆਸਤ ਦੇ ਵਿੱਚ ਹਾਂ, ਮੇਰੇ ਦਾਦਾ ਜੀ ਸਰਪੰਚੀ, ਮੇਰੇ ਫਾਦਰ ਸਾਹਿਬ ਸਰਪੰਚੀ, ਅਤੇ ਅਗਾਂਹ ਤੀਸਰੀ ਪੀੜ੍ਹੀ 'ਚ ਮੇਰੇ ਵਾਈਫ ਬਣੇ ਨੇ। ਅਤੇ ਅਸੀਂ ਕੋਈ ਮਤਲਬ ਇੱਦਾਂ ਦਾ ਕੋਈ ਸਾਡੇ ਮਨ ਵਿੱਚ ਲੜਾਈ ਝਗੜਾ ਕਰਨ ਦਾ ਜਾਂ ਮੇਰੇ ਪਿੰਡ ਦੇ ਵਿੱਚੋਂ ਤੁਸੀਂ ਸਾਰਿਆਂ ਕੋਲ ਜਾ ਕੇ ਵਿਊ ਲਓ, ਮੈਂ ਚਾਹੁੰਦਾ ਕਿ ਤੁਸੀਂ ਮੇਰੇ ਪਿੰਡ ਸਵੇਰੇ ਜਾਓ, ਤੁਹਾਨੂੰ ਸਾਰੀ ਕਹਾਣੀ ਦਾ ਪਤਾ ਲੱਗ ਜੇ। ਜਿਹੜੀ ਉਹਨਾਂ ਨੇ ਖਬਰ ਬਣਾਈ ਹੈ ਬਿਲਕੁਲ ਹੀ ਇੱਕ ਮਤਲਬ ਝੂਠੀ ਖਬਰ ਘੜ ਕੇ ਜਿਹੜੀ ਉਹ ਮੀਡੀਆ ਅੱਗੇ ਪੇਸ਼ ਕੀਤੀ ਹੈ। ਸਰ ਨਹੀਂ ਉਹ ਗੁੱਟ ਵੱਡਿਆ ਦਿਖਾਉਣ ਦੇ ਆ ਵੀ ਸਾਰਾ ਗੁੱਟ ਲੱਗਾ ਥੋੜ੍ਹਾ ਜਿਹਾ ਅੜਿਆ, ਅਸਲ 'ਚ ਗੁੱਟ ਦਾ ਕੀ ਗੁੱਟ ਕਿਤਨਾ ਵੱਡਿਆ ਗਿਆ? ਅਸਲ 'ਚ ਗੱਲ ਇਹ ਹੋਈ ਜੀ, ਅਸੀਂ 4 ਵਜੇ ਤਿਆਰ ਹੋ ਕੇ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ। ਉਹ ਵੀ ਮਤਲਬ ਕੋਈ ਢੋਲ ਨਹੀਂ ਲਿਆ, ਕੁਛ ਨਹੀਂ, ਕਿਉਂਕਿ ਅਸੀਂ ਗੁਰੂ ਘਰ ਦਾ ਸ਼ੁਕਰਾਨਾ ਕਰਨਾ ਸੀਗਾ ਅਤੇ ਇੱਕ ਨਿਮਾਣੇ ਸਿੱਖ ਵਜੋਂ। ਅਤੇ ਉਹਦੇ ਵਿੱਚ ਹੋਇਆ ਕਿ ਮੈਂ 4 ਵਜੇ ਤਿਆਰ ਤਿਉਰ ਹੋ ਕੇ ਅਤੇ ਬਿਲਕੁਲ ਬੈਠਾ ਅਤੇ ਸਾਡੇ ਪੰਚਾਇਤ ਮੈਂਬਰ ਡਾਕਟਰ ਨਿਰਮਲ ਸਿੰਘ ਅੰਮ੍ਰਿਤਧਾਰੀ ਸਿੰਘ ਨੇ ਅਤੇ ਉਹ ਬਾਈਕ 'ਤੇ ਮੇਰੇ ਕੋਲ ਆਉਂਦੇ ਕਿ ਆਪਾਂ ਸਾਰਿਆਂ ਨੇ ਸਲਾਹ ਕੀਤੀ ਕਿ ਇਕੱਠਿਆਂ ਨੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ। ਅਤੇ ਇਹਨਾਂ ਨੇ ਕੀ ਕੀਤਾ ਜੀ, ਉਹ ਜਦੋਂ ਆਪਣੇ ਮੋੜ 'ਤੇ ਆ ਕੇ ਖਲੋਤੇ ਅਤੇ ਮੇਰੇ ਤਾਇਆ ਹੀ ਲੱਗਦੇ ਨੇ, ਇਹ 'ਚ ਵੀ ਸਿਆਣੇ ਨੇ, ਇਹਨਾਂ ਨੇ ਕੀ ਕੀਤਾ ਕਿ ਉਹਦੇ ਜਾ ਕੇ ਅਤੇ ਗੰਡਾਸੀ ਲੈ ਕੇ ਅੱਗੇ ਮੋੜ 'ਤੇ ਖਲੋ ਗਏ। ਉਹ ਕਹਿੰਦੇ ਤੂੰ ਕਿੱਥੇ ਚੱਲਿਆ? ਕਹਿੰਦਾ ਜੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ। ਅਤੇ ਉਹ ਐਸੀ ਬਰਾਦਰੀ ਤੋਂ ਉਹਨਾਂ ਨੂੰ ਗਲਤ ਸ਼ਬਦ ਵਰਤ ਕੇ ਅਤੇ ਉਹਨਾਂ ਨੂੰ ਜਿਹੜੀਆਂ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ। ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਡੇ ਸੁਰਿੰਦਰ ਸਿੰਘ, ਉਹ ਵੀ ਸਿਆਣੀ ਏਜ ਦੇ ਵਿੱਚ, ਕੋਈ 60 ਸਾਲ ਦੀ ਏਜ ਦੇ ਵਿੱਚ, ਉਹਨਾਂ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ ਕਿ ਉਹਦੇ ਘਰ ਤੁਸੀਂ ਕਿਉਂ ਚੱਲੇ ਜੇ, ਮਤਲਬ ਕਿਉਂ ਜਾਣਾ ਤੁਸੀਂ? ਉਹਨਾਂ ਨੇ ਦੱਸਿਆ ਕਿ ਅਸੀਂ ਗੁਰਦੁਆਰਾ ਸਾਹਿਬ ਨਮਸਤਕ ਹੋਣ ਜਾਣਾ, ਮੱਥਾ ਟੇਕਣ ਜਾਣਾ ਆਪਣੀ ਸਾਰੀ ਪੰਚਾਇਤ ਨੇ। ਇੰਨੀ ਗੱਲ ਕਰਦੇ ਨੂੰ ਮੈਂ ਵੀ ਆਪਣੇ ਜਿਹੜੇ ਘਰੋਂ ਮੈਂ ਬਾਹਰ ਨਿਕਲ ਕੇ ਆਇਆ। ਹੋਇਆ ਕਿ ਇਹਨਾਂ ਨੇ ਪੂਰਾ ਹੀ ਜਿਹੜਾ ਆਪਣਾ ਪਲੈਨਿੰਗ ਪਹਿਲਾਂ ਕੀਤੀ ਹੋਈ ਸੀ ਕਿ ਅੱਜ ਇਹਨਾਂ ਦਾ ਨੁਕਸਾਨ ਕਰਨਾ, ਕਿਉਂਕਿ ਇਹਨਾਂ ਨੇ ਮੇਰੇ ਅਪੋਜੀਸ਼ਨ ਦੇ ਵਿੱਚ ਕਿਸੇ ਹੋਰ ਦੇ ਨਾਲ ਜਾ ਕੇ ਇਲੈਕਸ਼ਨ ਲੜੀ। ਚਲੋ ਇਲੈਕਸ਼ਨਾਂ ਚੱਲਦੀਆਂ ਰਹਿੰਦੀਆਂ, ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ। ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਸਵੇਰ ਤੋਂ ਹੀ ਮਨ ਬਣਾਇਆ ਸੀਗਾ, ਇਹ ਕਾਫੀ ਦਿਨਾਂ ਤੋਂ ਪਹਿਲਾਂ ਵੀ ਮੈਨੂੰ ਮਤਲਬ ਇਹ ਧਮਕੀਆਂ ਦੇ ਰਹੇ ਸੀ ਕਿ ਕੋਈ ਨਹੀਂ ਤੇਰੇ ਨਾਲ ਵੇਖ ਲਾਂਗੇ। ਪਰ ਮੈਂ ਇੱਕ ਕਾਰੋਬਾਰੀ ਬੰਦਾ, ਇੱਕ ਬਿਜ਼ਨਸਮੈਨ ਬੰਦਾ, ਅਤੇ ਮੈਂ ਇਹੋ ਜਿਹ੾ ਜਿਹੜਾ ਝਗੜਾਵਾਜ਼ ਆ ਇਹਦੇ ਵਿੱਚ ਮੈਂ ਪੈ ਕੇ ਖੁਸ਼ ਨਹੀਂ। ਅਤੇ ਮੈਂ ਚੁੱਪ ਕਰਕੇ ਆਪਣੇ ਘਰ ਬਹਿ ਕੇ ਅਤੇ ਇਹ ਚੀਜ਼ ਨੂੰ ਮੈਂ ਦੇਖਦਾ ਰਿਹਾ ਕਿ ਚਲੋ ਕੋਈ ਗੱਲ ਨਹੀਂ, ਨਾਲੇ ਮੇਰੇ ਤੋਂ ਵੱਡੇ ਨੇ। ਪਰ ਇਹਨਾਂ ਨੇ ਹੱਦ ਉਦੋਂ ਕਰਤੀ ਕਿ ਜਦੋਂ ਬਿਲਕੁਲ ਹਥਿਆਰਾਂ ਨਾਲ ਲੈਸ ਹੋ ਕੇ ਜਿਹੜਾ ਪੁਲਿਸ ਆਈ ਸੀ, ਉਹਨਾਂ ਨੇ ਬਰਾਮਦ ਕੀਤੇ ਹਥਿਆਰਾਂ ਨਾਲ, ਕੋਈ ਕਿਰਪਾਨਾਂ ਗੰਡਾਸੀਆਂ ਲਿਆ ਕੇ, ਅਤੇ ਮੇਰੇ ਘਰ ਆ ਕੇ ਜਿਹੜਾ ਇਹ ਪੈ ਗਏ। ਜਿਹੜੀ ਗੁੱਟ ਵੱਡੇ ਦਾ ਕਾਰਨ ਹੈ ਉਹ ਇਹਨੇ ਕੀ ਕੀਤਾ ਕਿ ਘਰ ਆ ਕੇ ਮੁੰਡੇ ਨੇ ਜ਼ੋਰ ਦੇ ਨਾਲ ਮੇਰੇ ਸ਼ੀਸ਼ੇ ਲੱਗੇ, ਮੈਂ ਤੁਹਾਨੂੰ ਵੀਡੀਓ ਦਿਖਾ ਦੇਣਾ, ਇਹਨੇ ਸ਼ੀਸ਼ੇ ਦੇ ਉੱਤੇ ਕਿਤੇ ਜ਼ੋਰ ਨਾ ਆ ਕੇ ਕਿਤੇ ਇਹਨੇ ਹੱਥ ਮਾਰਿਆ ਜਾਂ ਕੀ ਕੀਤਾ ਰੱਬ ਜਾਣਦਾ। ਉਹਦੇ ਵਿੱਚ ਬਿਲਕੁਲ ਵੀ ਮੇਰਾ ਕੋਈ ਇਹਦੇ ਗੁੱਟ ਸਾਡੇ ਕਿਸੇ ਬੰਦੇ ਨੇ ਇਹਦਾ ਗੁੱਟ ਨਹੀਂ ਵੱਢਿਆ, ਸਗੋਂ ਮੇਰੇ ਜਿਹੜੇ ਇੱਕ ਸਾਡਾ ਕੰਮ ਵਾਲਾ ਬੰਦਾ, ਇੱਕ ਮੇਰਾ ਹੋਰ ਦੋ ਸਾਡੇ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਸੱਟ ਲਾਈ, ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਸੱਟ ਲਾਤੀ ਇਹਨਾਂ ਨੇ, ਸਾਡੇ ਪਰਿਵਾਰ ਦੇ ਵਿੱਚ ਆ ਕੇ ਇਹਨਾਂ ਨੇ ਜਿਹੜੀਆਂ ਲੇਡੀਜ਼ ਉਹਨਾਂ ਨਾਲ ਗਲਤ ਬਦਤਮੀਜ਼ੀ ਕੀਤੀ, ਮੇਰੇ ਘਰ ਆ ਕੇ ਖੁਦ ਇਹਨਾਂ ਨੇ ਜਿਹੜੇ ਸਾਡੇ ਬੰਦਿਆਂ ਨੂੰ ਸੱਟਾਂ ਲਾਈਆਂ, ਜਿਹਦੇ ਵਿੱਚ ਇਹਨਾਂ ਨੇ ਕੇਸਾਂ ਦੀ ਬੇਅਦਬੀ ਵੀ ਕੀਤੀ ਆ ਅਤੇ ਸਾਡੇ ਕਾਫੀ ਬੰਦਿਆਂ ਨੇ ਇਹਨਾਂ ਨੂੰ ਨੁਕਸਾਨ ਕੀਤਾ। ਪਰ ਜਿਹੜੀ ਗੁੱਟ ਵੱਢਣ ਵਾਲੀ ਖਬਰ ਆ ਬਿਲਕੁਲ ਗਲਤ ਇਹਨਾਂ ਨੇ ਜਿਹੜੀ ਆ ਉਹ ਮੀਡੀਆ ਨੂੰ ਦੱਸਿਆ। ਤੁਹਾਡੇ ਕਹਿਣ ਮੁਤਾਬਕ ਵੀ ਜਿਹੜਾ ਗੁੱਟ ਦਾ ਵੱਢਿਆ ਗਿਆ ਉਹ ਜਦੋਂ ਸ਼ੀਸ਼ੇ ਨਾਲ ਹਿੱਟ ਹੋਇਆ, ਉਹਦੇ ਸ਼ੀਸ਼ੇ ਦੇ ਹਿੱਟ ਹੋਣਾ? ਵੇਖੋ ਜੀ, ਆਪਣੇ ਘਣੀਏ ਕੇ ਬਾਂਦਰ ਪੁਲਿਸ ਨੇ ਸਾਰਾ ਮੌਕਾ ਆ ਕੇ ਵੇਖ ਲਿਆ, ਸ਼ਾਇਦ ਉਹਨਾਂ ਦਾ ਇੱਕ ਬੰਦਾ ਅਰੈਸਟ ਵੀ ਹੋਇਆ ਕਿਉਂਕਿ ਘਰ ਆ ਕੇ ਮੈਨੂੰ ਪਏ ਮੇਰਾ ਨੁਕਸਾਨ ਇਹਨਾਂ ਨੇ ਕੀਤਾ। ਜਿਹੜਾ ਸ਼ੀਸ਼ੇ ਦੇ ਨਾਲ ਉਹਦੇ ਵੱਜਣ ਦੇ ਨਾਲ ਆ ਕੇ ਜੋ ਕਾਰਨ ਲੱਗਦਾ ਕਿ ਮੇਰੇ ਗੇਟ ਦੇ ਵੀ ਬਾਹਰ ਨਾਲ ਗੇਟ ਭੰਨਦਾ, ਕਿਉਂਕਿ ਜਦੋਂ ਮੇਰੇ ਪਿੱਛੇ ਭੱਜੇ ਤੇ ਮੈਂ ਦਰਵਾਜ਼ਾ ਆਪਣਾ ਬੰਦ ਕਰ ਲਿਆ, ਮੇਰਾ ਗੇਟ ਭੰਨ ਕੇ ਆ ਗਏ ਮੇਰੇ ਅੰਦਰ, ਘਰ ਅੰਦਰ ਆ ਕੇ ਇਹਨਾਂ ਨੇ, ਤੁਸੀਂ ਮੈਂ ਤੁਹਾਨੂੰ ਵੀਡੀਓ ਦੇ ਦੇਣਾ, ਤੁਸੀਂ ਵੀਡੀਓ ਦੇਖ ਸਕਦੇ, ਘਰ ਅੰਦਰ ਆ ਕੇ ਜਿਹੜੇ ਉਹ ਮੇਰੇ ਦਾਖਲ ਹੋ ਕੇ ਪਏ ਆ। ਇਹਨੇ ਜ਼ੋਰ ਦੇ ਨਾਲ ਕਿਤੇ ਪਤਾ ਨਹੀਂ ਸ਼ੀਸ਼ੇ ਨੂੰ ਮਾਰਿਆ ਜਾਂ ਕਿਹੜੀ ਚੀਜ਼ ਨੂੰ ਮਾਰਿਆ, ਜਿਹੜੇ ਹੱਥ ਦੇ ਉਹ ਨੁਕਸਾਨ ਹੋਇਆ ਵਾ। ਬਾਕੀ ਮੇਰੇ ਵੱਲੋਂ ਸਾਰੇ ਜਾਣਦੇ ਕਿ ਮੈਂ ਕਦੀ ਵੀ, ਮੈਂ ਇੱਕ ਸਮਾਜ ਸੇਵਕ ਹਾਂ ਆਪਣੇ ਪਿੰਡ ਦੇ ਵਿੱਚ, ਮੇਰੇ ਜਾ ਕੇ ਤੁਸੀਂ ਵੀ ਲਿਓ, ਮੈਂ ਕੋਈ ਝਗੜੇ ਵਾਲੇ ਕੰਮ ਨੂੰ ਮੈਂ ਐਪਰੀਸ਼ੀਏਟ ਨਹੀਂ ਕਰਦਾ। ਜਿਹੜੀ ਇਹ ਘਟਨਾ ਵਾਪਰੀ ਬੜੀ ਦੁੱਖਦਾਈ ਹੈ, ਪਰ ਇਹਨਾਂ ਜਾਣ ਬੁੱਝ ਕੇ ਪਤਾ ਨਹੀਂ ਇਹਨਾਂ ਨੂੰ ਕੀ ਕਾਰਨ ਹੋਇਆ, ਕਿਹੜੇ ਕਾਰਨ ਕਰਕੇ ਇਹਨਾਂ ਨੇ ਤੈਸ਼ ਵਿੱਚ ਆ ਕੇ ਜਿਹੜਾ ਵਾ
ਵੇਖੋ ਜੀ, ਜਿਹੜਾ ਇਹ ਗੁੱਟ ਦਾ ਨੁਕਸਾਨ ਕਹਿੰਦੇ, ਇਹਦੇ ਵਿੱਚ ਮਤਲਬ ਸਾਡਾ ਕੋਈ ਵੀ ਕੋਈ ਇਨਵੋਲਵਮੈਂਟ ਨਹੀਂ ਹੈਗੀ। ਇਹਨੇ ਜਾ ਕੇ ਮੁੰਡੇ ਨੇ ਜਦੋਂ ਅੰਦਰ ਮਾਰਿਆ, ਮੇਰਾ ਭਤੀਜਾ ਹੀ ਲੱਗਦਾ ਇਹਨੇ ਅੰਦਰ ਜਾ ਕੇ ਜਦੋਂ ਜ਼ੋਰ ਨਾਲ ਸ਼ੀਸ਼ੇ ਨੂੰ ਹੱਥ ਮਾਰਿਆ, ਜਿਹਦੇ ਨਾਲ ਇਹਦਾ ਨੁਕਸਾਨ ਹੋਇਆ ਵਾ। ਬਾਕੀ ਇਹਦੇ ਵਿੱਚ ਜਦੋਂ ਮੈਂ ਸਾਡਾ ਸਰਪੰਚੀ ਸਰਪੰਚ ਕੱਲ੍ਹ ਬਣਿਆ, ਮੇਰੀ ਵਾਈਫ ਬਣੇ ਨੇ, ਇਹਦੇ ਵਿੱਚ ਸਾਡੇ ਮਨ ਦੇ ਵਿੱਚ ਕੋਈ ਰੰਜਿਸ਼ਬਾਜ਼ੀ ਨਹੀਂ, ਕੋਈ ਲੜਾਈ ਝਗੜਾ ਨਹੀਂ। ਪਰ ਇਹ ਕਾਫੀ ਦਿਨਾਂ ਤੋਂ ਜਿਹੜੇ ਇੱਦਾਂ ਦੀਆਂ ਚਾਲਾਂ ਚੱਲ ਰਹੇ ਕਿ ਇਹਦਾ ਨੁਕਸਾਨ ਕਰੀਏ, ਇਹਦੇ ਵਿੱਚ ਜਿਹੜਾ ਇਹਨੇ ਬਿਲਕੁਲ ਗਲਤ ਮੀਡੀਆ ਨੂੰ ਖਬਰ ਦਿੱਤੀ ਆ। ਤੁਸੀਂ ਮੇਰੇ ਪਿੰਡ ਤੋਂ ਜਾ ਕੇ ਵਿਊ ਲੈ ਸਕਦੇ, ਜਿਹੜੇ ਬੰਦੇ ਮੇਰੇ ਵਰਕਰ ਆ ਕੇ ਉੱਥੇ ਘਰ ਵਿੱਚ ਬੈਠੇ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਬੈਠੇ, ਮੈਂਬਰ ਸਾਹਿਬ ਬੈਠੇ, ਤੁਸੀਂ ਉਹਨਾਂ ਦੀ ਜਾ ਕੇ ਬਾਈਟ ਲੈ ਕੇ ਦੱਸ ਸਕਦੇ ਹੋ ਕਿ ਇਹਦੇ ਵਿੱਚ ਕੀ ਕਾਰਨ ਹੋਇਆ। ਹਾਂਜੀ, ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ, ਜਿਹਦਾ ਹੱਥ ਪੂਰਾ ਕੱਟਿਆ ਗਿਆ ਵਾ, ਅਤੇ ਫਸਟ ਏਡ ਦੇ ਦਿੱਤੀ ਆ, ਉਹਨੂੰ ਰੈਫਰ ਕਰ ਲੱਗੇ ਗੁਰੂ ਨਾਨਕ ਹੋਸਪਿਟਲ। ਆਹ ਸੀਰੀਅਸ ਜੀ ਆ ਕੰਡੀਸ਼ਨ, ਤਾਂ ਹੱਥ ਪੂਰਾ ਕੱਟਿਆ ਗਿਆ ਜੀ, ਸਰਜਰੀ ਇਹਦੀ ਹੋਣੀ ਆ, ਸਰਜਰੀ ਹੋ ਗਈ, ਉਸ ਤੋਂ ਬਾਅਦ ਜੋ ਵੀ ਪੁਲਿਸ ਕਾਰਵਾਈ ਹੋ ਗਈ। ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਰੈਫਰ ਕਰਤਾ।